ਜਦੋਂ ਇੱਕ ਮਾਂ ਦੇ ਘਰ ਦੋ ਪੁੱਤ ਜੰਮਦੇ ਆ ਤੇ ਮਾਂ ਬੇਹੱਦ ਖੁਸ਼ ਹੁੰਦੀ ਆ ਕਿ ਇਹਨਾਂ ਪੁੱਤਾਂ ਨੂੰ ਪਾਲੂੰਗੀ, ਪੜ੍ਹਾਉਂਗੀ ਤੇ ਵਿਆਹੂੰਗੀ। ਵਿਆਹ ਕੇ ਦੋ ਨੌਵਾਂ ਨੂੰ ਧੀਆਂ ਦੇ ਰੂਪ ਦੇ ਵਿੱਚ ਘਰ ਲੈ ਆਉਂਦੀ ਆ ਤੇ ਘਰ ਲਿਆ ਕੇ ਮੁੜ ਕੇ ਉਹਨਾਂ ਦੀਆਂ ਨੌਵਾਂ ਹੀ ਇਹੋ ਜਿਹੀਆਂ ਕਲਹਿਣੀਆਂ ਨਿਕਲ ਜਾਣ ਕਿ ਜਿਨ੍ਹਾਂ ਨੇ ਸੱਸ ਨੂੰ ਹੀ ਖਤਮ ਕਰਨ ਦੀ ਸੋਚ ਲਈ। ਇਸੇ ਤਰ੍ਹਾਂ ਇਹ ਖਬਰ ਤਰਨ ਤਰਨ ਤੋਂ ਸਾਹਮਣੇ ਆਈ ਹੈ। ਦਿਲ ਨੂੰ ਦਹਿਲਾਉਣ ਵਾਲੀ ਇਹ ਖਬਰ ਤੇ ਰਿਸ਼ਤਿਆਂ ਨੂੰ ਤਾਰ ਤਾਰ ਕਰ ਦੇਣ ਵਾਲੀ ਹੈ। ਦੋ ਪੁੱਤਾਂ ਦਾ ਵਿਆਹ ਹੋਇਆ ਤੇ ਦੋ ਨੌਵਾਂ ਇਹ ਮਨਦੀਪ ਕੌਰ ਤੇ ਗੁਰਦੀਪ ਕੌਰ, ਇਹਨਾਂ ਦੇ ਵਿੱਚੋਂ ਇੱਕ ਦਾ ਜਿਹੜਾ ਸੀਗਾ ਉਹਦੇ ਨਾਲ ਗਲਤ ਰਿਲੇਸ਼ਨਸ਼ਿਪ ਗੁਆਂਢੀਆਂ ਦੇ ਮੁੰਡੇ ਨਾਲ ਹੋ ਜਾਂਦੇ ਆ। ਗੁਆਂਢੀਆਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ ਹੁੰਦੇ ਆ ਤੇ ਸੱਸ ਨੂੰ ਪਤਾ ਲੱਗ ਜਾਂਦਾ। ਸੱਸ ਨੂੰ ਪਤਾ ਲੱਗਣ ਤੇ ਘਰ ਦੇ ਵਿੱਚ ਕਲੇਸ਼ ਹੁੰਦਾ ਰਿਹਾ ਕਿੰਨੇ ਦਿਨ। ਅਤੇ ਜਿਹੜੀ ਦੂਜੀ ਨੂੰਹ ਸੀਗੀ ਉਹਦੀ ਵੀ ਸੱਸ ਨਾਲ ਨਹੀਂ ਬਣਦੀ ਸੀ। ਇਹਨਾਂ ਦੋਵਾਂ ਨੇ ਰਲ ਕੇ ਇਹੋ ਜਿਹੀ ਪਲੈਨਿੰਗ ਕੀਤੀ ਕਿ ਕਿਵੇਂ ਨਾ ਕਿਵੇਂ ਸੱਸ ਨੂੰ ਖਤਮ ਕੀਤਾ ਜਾਵੇ। ਸੋ ਇਸੇ ਤਰ੍ਹਾਂ ਕੀ ਹੋਇਆ, ਇੱਕ ਰਾਤ 9 ਤਰੀਕ ਦੀ ਗੱਲ ਹੈ ਇਹ, ਜਦੋਂ ਸੱਸ ਰਾਤ ਨੂੰ ਉੱਠਦੀ ਹੈ, ਟੋਇਲਟ ਜਾਂਦੀ ਹੈ, ਗੁਸਲਖਾਨਾ ਜਾਂਦੀ ਹੈ ਅਤੇ ਦੋਵਾਂ ਨੂੰਹਾਂ ਨੇ ਇੰਨੀ ਕੁੱਟਮਾਰ ਕੀਤੀ ਅਤੇ ਉਹਨਾਂ ਨੇ ਸੋਚਿਆ ਸੀ ਕਿ ਇਸ ਬੁੱਢੀ ਨੂੰ ਖਤਮ ਕਰ ਦੇਣਾ। ਪਰ ਹੋਇਆ ਕੀ ਕਿ ਇਹਨਾਂ ਨੇ ਕਾਫੀ ਕੁੱਟਮਾਰ ਕੀਤੀ, ਫਿਰ ਘੜੀਸ ਕੇ ਬਾਹਰ ਸੜਕ 'ਤੇ ਸੁੱਟ ਆਈਆਂ। ਦੇਖੋ ਇੰਨੀ ਹਿੰਮਤ। ਇਹ ਤੁਸੀਂ ਦੇਖ ਸਕਦੇ ਆ ਦੋ ਨੌਵਾਂ, ਗੁਰਮੀਤ ਕੌਰ ਅਤੇ ਮਨਦੀਪ ਕੌਰ, ਅਤੇ ਜੋ ਬਾਹਰ ਸੁੱਟ ਕੇ ਆ ਜਾਂਦੀਆਂ ਅਤੇ ਮੁੰਡੇ ਆਉਂਦੇ ਆ ਕੰਮਾਂ ਤੋਂ ਅਤੇ ਪੁੱਛਦੇ ਆ ਕਿ ਮਾਂ ਕਿੱਥੇ ਹੈ। ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਮਾਂ ਕਿੱਥੇ ਆ। ਫਿਰ ਆਪੇ ਪਤਾ ਨਹੀਂ ਕਿਵੇਂ ਨਾ ਕਿਵੇਂ ਇਹਨਾਂ ਦੇ ਮੂੰਹ 'ਚੋਂ ਕਢਾ ਲਿਆ ਕਿ ਇਹਨਾਂ ਨੇ ਕੀ ਕੀਤਾ। ਫਿਰ ਮੁੰਡਿਆਂ ਨੇ ਚੱਕ ਕੇ ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ। ਬੁਰੀ ਤਰ੍ਹਾਂ ਵਿਚਾਰੀ ਬੁੱਢੀ ਜਿਹੜੀ ਸੀ ਉਹ ਜ਼ਖਮੀ ਕਰ ਦਿੱਤੀ। ਹੁਣ ਇਹ ਖਬਰ ਨੂੰ ਸੁਣ ਕੇ ਪਿੰਡ ਦੇ ਵਿੱਚ ਹਾਹਾਕਾਰ ਮੱਚੀ ਵੀ ਹੈ ਵੀ ਕਿੰਨਾ ਮਾੜਾ ਇਹਨਾਂ ਨੇ ਸਲੂਕ ਕੀਤਾ, ਕਿੰਨੀਆਂ ਕਲਹਿਣੀਆਂ ਨਿਕਲੀਆਂ ਇਹ ਦੋਨੋਂ। ਹਾਂ ਆਪਾਂ ਸੁਣਦੇ ਹਾਂ ਪੁਲਿਸ ਦੇ ਕੋਲੋਂ ਐਕਚੁਅਲੀ ਸਾਰੀ ਖਬਰ ਹੋਇਆ ਕੀ ਸੀ। ਤਰੀਕ ਦੀ ਗੱਲ ਹੈ, ਗੁਰਮੀਤ ਕੌਰ ਅਤੇ ਮਨਦੀਪ ਕੌਰ ਆਪਸ ਵਿੱਚ ਦਰਾਣੀ ਜਠਾਣੀ ਹੈ। ਇਹਨਾਂ ਦੀ ਸੱਸ ਆ ਕੁਲਵੰਤ ਕੌਰ, ਜਿਹੜੀ ਗੁਰਮੀਤ ਕੌਰ ਆ। ਗੁਰਮੀਤ ਕੌਰ ਦੇ ਫਿਜ਼ੀਕਲ ਰਿਲੇਸ਼ਨ ਆਪਣੇ ਗੁਆਂਢੀ ਦੇ ਨਾਲ ਹੋ ਗਏ ਸੀਗੇ। ਇਸ ਗੱਲ ਬਾਰੇ ਜਿਹੜਾ ਉਹਦੀ ਸੱਸ ਨੂੰ ਪਤਾ ਲੱਗ ਗਿਆ ਸੀਗਾ। ਉਹ ਪਿਛਲੇ ਮਹੀਨੇ ਦੋ ਮਹੀਨਿਆਂ ਦੇ ਵਿੱਚੋਂ ਇਹਨਾਂ ਦਾ ਆਪਸ ਵਿੱਚ ਕਾਫੀ ਲੜਾਈ ਝਗੜਾ ਰਹਿੰਦਾ ਸੀਗਾ। ਜਿਹੜੀ ਮਨਦੀਪ ਕੌਰ ਆ, ਮਨਦੀਪ ਕੌਰ ਨਾਲ ਵੀ ਆਪਣੀ ਸੱਸ ਦੀ ਜਿਹੜੀ ਬਣਦੀ ਨਹੀਂ ਸੀਗੀ। ਇਹਨਾਂ ਨੇ ਦੋਨਾਂ ਨੇ ਇੱਕ ਸਲਾਹ ਹੋ ਗਏ। ਇਹਨਾਂ ਨੇ 9 ਤਰੀਕ ਨੂੰ ਰਾਤ ਨੂੰ ਜਦੋਂ ਕਿਤੇ ਉਹ ਖਾਣਾ ਖੁਣਾ ਖਾ ਕੇ ਪਿਸ਼ਾਬ ਕਰਨ ਵਾਸਤੇ ਉੱਠੀ ਬਾਹਰ ਨੂੰ, ਅਤੇ ਉੱਥੇ ਇਹਨੂੰ ਸੱਟਾਂ ਮਾਰ ਕੇ ਅਤੇ ਲਾਗੇ ਬਿਲਕੁਲ ਸੜਕ ਲੰਘਦੀ ਆ ਉੱਥੇ ਉਹਨੂੰ ਸੁੱਟ ਆਏ। ਕਾਫੀ ਦੇਰ ਬਾਅਦ ਜਦੋਂ ਉਹਦੇ ਹਸਬੈਂਡ ਨੂੰ ਪਤਾ ਲੱਗਾ, ਉਹਨਾਂ ਨੇ ਜਾ ਕੇ ਹੋਸਪਿਟਲ ਦਾਖਲ ਰੱਖਿਆ, ਦਾਖਲ ਕਰਾ ਤਾ ਗੁਰੂ ਨਾਨਕ ਦੇਵ ਹਸਪਤਾਲ ਸਪੈਸ਼ਲਿਸਟ ਤਰਨ ਤਾਰਨ। ਉੱਥੇ ਕਾਫੀ ਦਿਨ ਜਿਹੜੀ ਆ ਦਾਖਲ ਰਹੀ ਹੈ। ਜਦੋਂ ਸਾਡੇ ਕੋਲ ਇਹਦੇ ਸੰਬੰਧੀ ਇਤਲਾਹ ਆਈ ਹੈ, ਅਸੀਂ ਇਹਦੇ 'ਤੇ FIR ਦਰਜ ਕਰਕੇ ਅਤੇ ਜਿਹੜੀਆਂ ਦੋਨੇ ਲੇਡੀ ਆ, ਮਨਦੀਪ ਕੌਰ ਅਤੇ ਗੁਰਮੀਤ ਕੌਰ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਬੀਤੇ ਕੁਝ ਦਿਨਾਂ ਤੋਂ ਇਹ ਦੋਵੇਂ ਨੌਹਾਂ ਆਪਣੀ ਸੱਸ ਤੋਂ ਬੇਹੱਦ ਤੰਗ ਸਨ ਅਤੇ ਚਾਹੁੰਦੀਆਂ ਸਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਸੱਸ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ। ਇਸ ਕਰਕੇ ਇਹਨਾਂ ਨੇ ਇਹ ਕਦਮ ਚੱਕਿਆ। ਸੱਸ ਨੂੰ ਬੇਹੱਦ ਅਫਸੋਸ ਸੀ ਕਿ ਉਸ ਦੇ ਪੁੱਤ ਨੂੰ ਛੱਡ ਕੇ ਕਿਸੇ ਗੁਆਂਢੀ ਮੁੰਡੇ ਦੇ ਨਾਲ ਇਹ ਸੰਬੰਧ ਹੈ, ਇਸ ਕਰਕੇ ਇਹ ਸਾਰਾ ਜਿਹੜਾ ਇਹ ਭਾਣਾ ਵਰਤਿਆ। ਅਤੇ ਇਸ ਦੇ ਵਿੱਚ ਤੁਹਾਡਾ ਕੀ ਰਾਏ ਆ ਕਿ ਇਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੋਈ ਕਦਮ ਨਾ ਚੱਕੇ। ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਰੱਬ ਰਾਖਾ।